ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਤੇ। ਕੀ ਹਾਲ ਚਾਲ ਨੇ? ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਫਿਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ, ਰਿਐਕਸ਼ਨ। ਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਰਿਐਕਸ਼ਨ ਹਾਜ਼ਰ ਹਾਂ, ਉਹ ਆ ਸਿੱਧੂ ਮੂਸੇ ਵਾਲੇ ਜੀ ਦਾ ਸੌਂਗ ਮੋਮ ਤੇ ਗਿਆ। ਤੇ ਸੌਂਗ ਤੁਸੀਂ ਸਾਰੇ ਜਾਣਦੇ ਹੋ। ਤੇ ਮੈਨੂੰ ਆਹ ਵੀਰਾਂ ਨੇ ਕਮੈਂਟ ਕੀਤਾ ਸੀ, ਪਹਿਲੋਂ ਇੱਕ ਵੀਰ ਨੇ ਕਮੈਂਟ ਕੀਤਾ ਸੀ, ਬਾਅਦ ਦੂਜੇ ਵੀਰ ਨੇ ਵੀ ਕਮੈਂਟ ਕੀਤਾ ਕਿ ਇਸ ਸੌਂਗ ਤੇ ਰਿਐਕਸ਼ਨ ਦਿਓ। ਆਪਾਂ ਹਾਜ਼ਰ ਹਾਂ ਤੁਹਾਡੇ ਵਿੱਚ, ਤੁਸੀਂ ਕਹਿੰਦੇ ਜੇ ਤੇ ਅਸੀਂ ਰਿਐਕਸ਼ਨ ਨਾ ਦਈਏ ਹੋ ਨਹੀਂ ਸਕਦਾ। ਤੇ ਆਪਾਂ ਦਿੰਦੇ ਹਾਂ ਰਿਐਕਸ਼ਨ, ਦੇਖਦੇ ਹਾਂ ਸੌਂਗ ਕਿੱਦਾਂ ਦਾ ਵਾ, ਕੀ ਗੱਲਬਾਤ ਕੀਤੀ ਸਿੱਧੂ ਮੂਸੇਵਾਲੇ ਨੇ। ਸ਼ਾਇਦ ਮੈਂ ਸੁਣਿਆ ਵੀ ਹਾਂ ਤੇ ਸ਼ਾਇਦ ਨਹੀਂ ਵੀ ਸੁਣਿਆ, ਮੈਨੂੰ ਚੇਤਾ ਨਹੀਂ ਵੀ ਮੈਂ ਸੁਣਿਆ ਜਾਂ ਨਹੀਂ ਸੁਣਿਆ, ਕਿਉਂਕਿ ਮੈਂ ਸੌਂਗ ਜ਼ਿਆਦਾ ਸੁਣਦਾ ਨਹੀਂ ਹਾਂ। ਤੇ ਦੇਖਦੇ ਹਾਂ ਸੌਂਗ ਕੀ ਗੱਲਬਾਤ ਕੀਤੀ ਸਿੱਧੂ ਮੂਸੇਵਾਲੇ ਜੀ ਨੇ ਇਸ ਸੌਂਗ ਦੇ ਵਿੱਚ। ਤੇ ਸਿੱਧੂ ਮੂਸੇਵਾਲੇ ਦੇ ਜਿਹੜਾ ਇੰਸਟਾਗ੍ਰਾਮ ਅਕਾਊਂਟ ਸੀ, ਉਸ ਤੋਂ ਉਹਨਾਂ ਸਾਰੀਆਂ ਆਪਣੀ ਫੋਟੋ ਵੀ ਡਿਲੀਟ ਮਾਰਤੀਆਂ ਵਾ ਤੇ DP ਵੀ ਰਿਮੂਵ ਕਰਤੀ ਆ। ਪਤਾ ਨਹੀਂ ਕੀ ਗੱਲ ਹੋਈ ਆ, ਹਾਲੇ ਤੱਕ ਪਤਾ ਨਹੀਂ ਲੱਗਾ। ਤੇ ਬਸ ਰੌਲਾ ਜਿਹਾ ਪਈ ਜਾਂਦਾ ਵਾ, ਜਿਹੜਾ ਯੂਟਿਊਬ ਤੇ ਵੀ ਲੋਕੀ ਵੀਡੀਓ ਪਾਈ ਜਾਂਦੇ ਆਪਣੇ ਆਪਣੇ ਹਿਸਾਬ ਨਾਲ, ਪਤਾ ਹਾਲੇ ਕਿਸੇ ਨੂੰ ਵੀ ਨਹੀਂ ਆ ਕੀ ਗੱਲਬਾਤ ਹੋਈ ਆ। ਤੇ ਜੇ ਤੁਸੀਂ ਅੱਜ ਮੇਰੇ ਚੈਨਲ ਤੇ ਪਹਿਲੀ ਵਾਰ ਆ ਜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਡੀਓ ਲਾਈਕ ਕਰਕੇ ਸ਼ੇਅਰ ਕਰਿਓ, ਕਮੈਂਟ ਜ਼ਰੂਰ ਕਰ ਦਿਓ ਨੀਚੇ। ਜੇ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਜੋ, ਲਿੰਕ ਡਿਸਕ੍ਰਿਪਸ਼ਨ ਵਿੱਚ ਆ ਮੇਰੇ ਇੰਸਟਾਗ੍ਰਾਮ ਦੀ, ਜਾ ਕੇ ਮੈਨੂੰ ਫੋਲੋ ਕਰ ਸਕਦੇ ਜੋ ਤੇ ਮੈਨੂੰ ਮੈਸੇਜ ਕਰ ਸਕਦੇ ਜੋ। ਚਲੋ ਫਿਰ ਆਪਾਂ ਦੇਖਦੇ ਹਾਂ ਸੌਂਗ, ਬਹੁਤੀਆਂ ਗੱਲਾਂ ਨਾ ਕਰੀਏ, ਸੌਂਗ ਤੋਂ ਬਾਅਦ 'ਚ ਵੀ ਗੱਲਾਂ ਕਰਨੀਆਂ ਹੁੰਦੀਆਂ, ਮੁੱਕ ਨਾ ਜਾਣਾ। ਚਲੋ ਮੁੱਕਦੀਆਂ ਨਹੀਂ, ਉਹਦਾ ਜਿਹਨੂੰ ਸੋਹਣਾ ਲੱਗਣਾ, ਪੱਗ ਬੜੀ ਸੋਹਣੀ ਵੱਜੀ ਅੱਜ। ਚਲੋ ਇਹ ਮਸਤੀ ਸੀ, ਦੇਖਦੇ ਹਾਂ ਸੌਂਗ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ ਤਾਂ ਲਾਈਕ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਚਲੋ ਦੇਖਦੇ ਹਾਂ ਬਾਅਦ 'ਚ ਆਪਾਂ ਗੱਲਾਂ ਕਰਾਂਗੇ ਵੀਡੀਓ ਤੋਂ। ਚਲੋ ਫਿਰ ਕਰਦੇ ਹਾਂ ਸ਼ੁਰੂ, ਚੈਨਲ ਸਬਸਕ੍ਰਾਈਬ ਕਰ ਦਿਓ, ਵੀਡੀਓ ਲਾਈਕ ਕਰਕੇ ਸ਼ੇਅਰ ਕਰ। ਚਲੋ ਫਿਰ ਕਰਦੇ ਹਾਂ ਸ਼ੁਰੂ। ਕਦੇ ਸੂਰਜ ਵਾਂਗੂ ਤਪਦਾ, ਸੂਰਜ ਵਾਂਗੂ ਤਪਦਾ, ਕਦੇ ਸ਼ਾਂਤ ਸਵੇਰੇ ਵਰਗਾ ਆ। ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਆ। ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਆ। ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹਰਖ ਜਾ, ਕੋਈ ਕਰਦਾ ਦੇਖ ਤਰੱਕੀ ਮੈਥੋਂ ਸਾੜਾ ਨਹੀਂ ਹੁੰਦਾ। ਮਾਂ ਤੇਰੇ ਵਾਂਗੂ ਜਾ ਕੇ ਕਿਸੇ ਦਾ ਮਾੜਾ ਨਹੀਂ ਹੁੰਦਾ। ਤਾਈਓ ਤੇਰਾ ਕੱਲਾ ਸਿੱਧੂ, ਤੇਰਾ ਕੱਲਾ ਸਿੱਧੂ ਲੋਕਾਂ ਲਈ ਪੱਥਰੇ ਵਰਗਾ ਆ। ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਆ। ਵਿਸ਼ਵਾਸ ਹੋ ਜਾਂਦਾ ਦੁਨੀਆਦਾਰੀ ਦੇਖੇ ਤਾਂ ਮੈਂ ਆਮ ਜਾ ਲੱਗਦਾ ਆ। ਪਰ ਜਦ ਤੂੰ ਮੈਨੂੰ ਦੇਖੇ ਨਹੀਂ ਮੈਂ ਖਾਸ ਜਾ ਹੋ ਜਾਂਦਾ। ਸਭ ਨੂੰ ਮਾਫੀ ਦਿੰਦਾ ਹਾਂ, ਸਭ ਨੂੰ ਮਾਫੀ ਦਿੰਦਾ ਜਿਹੜਾ ਤੇਰੇ ਜਿਹੜੇ ਵਰਗਾ ਆ। ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ। ਚੁੱਕ ਮੱਥੇ ਲਾ ਲਾ ਪੈਰ ਤਰੇ ਤੂੰ ਜਿਹੜੀ ਮਾਟੀ ਤੇ, ਮੇਰਾ ਜੀ ਕਰਦਾ ਮਾਂ ਚਰਨ ਕੌਰ ਲਿਖਵਾ ਲਾ ਛਾਤੀ ਤੇ, ਮੇਰਾ ਜੀ ਕਰਦਾ ਮਾਂ ਚਰਨ ਕੌਰ ਲਿਖਵਾ ਲਾ ਛਾਤੀ। ਇਹ ਸੀਗਾ ਜੀ ਸੌਂਗ ਮਾਂ ਦੇ ਉੱਤੇ।
ਤੇ ਇਹਨਾਂ ਬਹੁਤ ਸੋਹਣਾ ਗਾਇਆ ਤੇ ਆਵਾਜ਼ ਤੇ ਇਹਨਾਂ ਦੀ ਬਹੁਤ ਸੋਹਣੀ ਆ, ਲੋਕ ਇਹਨਾਂ ਨੂੰ ਲਾਈਕ ਵੀ ਕਰਦੇ ਆ ਤੇ ਜੇ ਉਹਨਾਂ 'ਚ ਦਮ ਹੈ ਤਾਂ ਹੀ ਲੋਕ ਲਾਈਕ ਕਰਦੇ ਆ ਤੇ ਸੱਚੀ ਗੱਲ ਹੈ ਮੈਨੂੰ ਵੀ ਬਹੁਤ ਪਸੰਦ ਆ, ਮੈਂ ਇਹਨਾਂ ਦਾ ਕੋਈ ਵੀ ਸੌਂਗ ਆਵੇ ਤਾਂ ਸੁਣਦਾ ਜ਼ਰੂਰ ਹੁੰਦਾ ਤੇ ਹੁਣ ਤਾਂ ਚਲੋ ਰਿਐਕਸ਼ਨ ਵੀਡੀਓ ਦੇ ਨਾਂ ਤਾਂ ਉਹ ਤੋਂ ਪਹਿਲਾਂ ਹੀ ਮੈਂ ਸੁਣਦਾ ਹੁੰਦਾ ਸੀ ਤੇ ਹੁਣ ਤੁਸੀਂ ਇੰਨਾ ਪਿਆਰ ਦਿੰਦੇ ਜੋ ਤੇ ਮੇਰੇ ਵੀਰ ਬਹੁਤ ਪਿਆਰ ਕਰਦੇ ਆ ਸਾਰੇ ਸਿੱਧੂ ਨੂੰ। ਇਹ ਗੱਲ ਤਾਂ ਸੱਚੀ ਆ, ਸਿੱਧੂ ਮੂਸੇਵਾਲਾ ਆਪਣੀ ਮਾਤਾ ਪਿਤਾ ਵਰਗੇ ਹੀ ਆ, ਜਿੱਦਾਂ ਦੀ ਉਹਨਾਂ ਦੇ ਮਾਤਾ ਪਿਤਾ ਦੀ ਸ਼ਕਲ ਆ ਤੇ ਉਹ ਹੈ ਵੀ ਉੱਦਾਂ ਦੇ ਆ ਤੇ ਸੁਭਾਅ 'ਚ ਵੀ ਜਿੱਦਾਂ ਦੀ ਸ਼ਿਕਸ਼ਾ ਮਿਲੀ ਆ ਉੱਦਾਂ ਦੇ ਕੰਮ ਆ ਉਹਨਾਂ ਦੇ, ਇਹੋ ਜਿਹੀ ਗੱਲ ਨਹੀਂ ਕੋਈ ਕਿ ਉਹਨਾਂ ਦਾ ਕੋਈ ਮਾੜਾ ਕੰਮ ਹੋਵੇ। ਇਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਕੰਮ ਵੀ ਬਹੁਤ ਕੀਤੇ ਆ, ਇਹਨਾਂ ਦੀ ਮਾਤਾ ਦੇ ਪ੍ਰਧਾਨ ਜਦੋਂ ਬਣੇ ਸੀ ਬਹੁਤ ਕੰਮ ਕੀਤੇ ਆ, ਇਹਨਾਂ ਕੈਂਪ ਵੀ ਬੜੇ ਫ੍ਰੀ ਲਾਏ ਆ ਤੇ ਬੜੀ ਵਧੀਆ ਗੱਲ ਆ, ਦੇਸ਼ ਨੂੰ ਵੀ ਇੱਕ ਬੜਾ ਸੋਹਣਾ ਸੰਦੇਸ਼ ਦਿੰਦੇ ਆ ਤੇ ਉਹਨਾਂ ਦੇ ਵਿੱਚ ਮਾਣ ਵੀ ਨਹੀਂ ਹੈਗਾ ਕਿ ਮੈਂ ਸਿੰਗਰ ਆ ਤੇ ਬੜਾ ਤਗੜਾ ਹੋ ਗਿਆ ਵਾ। ਦੇਖ ਲਓ ਲੋਕ ਜਾਂਦੇ ਆ ਬੜੇ ਪਿਆਰ ਨਾਲ ਮਿਲਦੇ ਆ, ਉਹਨਾਂ ਆਪਣਾ ਨਾਂ ਵੀ ਰੋਸ਼ਨ ਕੀਤਾ ਵਾ, ਪੜ੍ਹਾਈ ਵੀ ਕੀਤੀ ਆ, ਆਪਣਾ ਕਰੀਅਰ ਵੀ ਬਣਾਇਆ ਵਾ ਤੇ ਆਪਣੇ ਪਿੰਡ ਦੇ ਵਿੱਚ ਵਾਹ ਵੀ ਕਰਦੇ ਆ, ਆਮ ਹੀ ਘੁੰਮਦੇ ਆ, ਆਮ ਲੋਕਾਂ 'ਚ ਬਹਿੰਦੇ ਆ। ਹੋਲੀ ਦੇ ਮੈਂ ਉਹਨਾਂ ਦੀ ਵੀਡੀਓ ਵੇਖੀਆਂ ਸੀ ਪਿਛਲੀ ਹੋਲੀ 'ਤੇ, ਤੇ ਉਹ ਦੇਖ ਲਓ ਕਿੱਦਾਂ ਹੋਲੀ ਦੇ ਵਿੱਚ ਖੇਡਦੇ ਫਿਰਦੇ ਸੀ ਸਾਰਿਆਂ ਦੇ ਨਾਲ, ਕੋਈ ਉਹਨਾਂ ਨੂੰ ਉਹ ਹੀ ਨਹੀਂ ਸੀ ਕਿ ਮੈਂ ਸਿੰਗਰ ਆ ਐਡਾ ਮੇਰਾ ਤਗੜਾ ਅਹੁਦਾ ਵਾ। ਇੱਦਾਂ ਦੇ ਹੋਣਾ ਚਾਹੀਦਾ ਦਿਲ 'ਚ, ਬੰਦਾ ਕਦੀ ਵੀ ਜਿੰਨੀ ਮਰਜ਼ੀ ਤਰੱਕੀ 'ਤੇ ਪਹੁੰਚ ਜੇ ਮਗਰ ਰਹਿਣਾ ਉੱਥੇ ਹੀ ਚਾਹੀਦਾ ਬੰਦੇ। ਇਹੀ ਗੱਲਾਂ ਬੰਦੇ ਨੂੰ ਬਹੁਤ ਮਾਣ ਮਹਿਸੂਸ ਕਰਾਉਂਦੀਆਂ ਵਾ ਤੇ ਹਰ ਇੱਕ ਦੀ ਮਾਂ ਰੱਬ ਦਾ ਰੂਪ ਹੀ ਹੁੰਦੀ ਹੈ ਹਰ ਇੱਕ ਵਾਸਤੇ ਤੇ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਜਿੰਨਾ ਹੋ ਸਕੇ ਉਨਾ ਕਰੇ, ਕਿਉਂਕਿ ਭੁੱਲਣਾ ਨਹੀਂ ਚਾਹੀਦਾ ਕਦੀ ਮਾਂ ਨੇ ਆਪਾਂ ਨੂੰ ਪਾਲਿਆ ਕਿ ਅੱਜ ਅਸੀਂ ਵੀ ਮਾਂ ਨੂੰ ਪਾਲਣਾ, ਕਿਉਂਕਿ ਉਹਨਾਂ ਨੇ ਬਚਪਨ 'ਚ ਆਪਾਂ ਨੂੰ ਕਿੱਦਾਂ ਸੰਭਾਲਿਆ ਹੋਊਗਾ, ਠੰਡ ਤੋਂ ਵੀ ਬਚਾਇਆ, ਗਰਮੀ ਨਾ ਲੱਗੇ ਮੇਰੇ ਪੁੱਤ ਨੂੰ, ਕਿੱਦਾਂ ਕਿੰਨਾ ਪਿਆਰ ਕਰਦੀਆਂ ਯਾਰ ਮਾਂ। ਅਤੇ ਲੋਕ ਇੱਦਾਂ ਦੇ ਵੀ ਹੈਗੇ ਜਿਹੜੇ ਮਾਵਾਂ ਨੂੰ ਅੱਜ ਸੜਕਾਂ 'ਤੇ ਰੋਲ ਦਿੰਦੇ, ਇੱਦਾਂ ਦੀਆਂ ਵੀਡੀਓ ਤੁਸੀਂ ਵੇਖੀਆਂ ਹੋਣੀਆਂ ਸਾਰਿਆਂ ਨੇ। ਇਸ ਕਰਕੇ ਮਾਂ ਨੂੰ ਪਿਆਰ ਜ਼ਰੂਰ ਕਰਿਆ ਕਰੋ, ਸਾਰੇ ਮਾਂ ਦੀਆਂ ਗੱਲਾਂ ਮੰਨਿਆ ਕਰੋ, ਮਾਂ ਦੇ ਆਖੇ ਲੱਗਿਆ ਕਰੋ। ਅਤੇ ਬਹੁਤ ਪਿਆਰਾ ਸੌਂਗ ਸੀ, ਬਹੁਤ ਸੋਹਣਾ ਮਿਊਜ਼ਿਕ ਸੀ ਅਤੇ ਬਹੁਤ ਸੋਹਣੀ ਬੀਟ ਦਿੱਤੀ ਉਹਨਾਂ, ਐਂ ਪੂਰਾ ਇੱਕ ਮੱਧਮ ਜਿਹੀ ਲੈ ਜਿਹੀ 'ਚ ਗਾਣਾ ਗਾਇਆ ਕਿ ਦਿਲ ਨੂੰ ਮਤਲਬ ਜਿੱਦਾਂ ਛੂਹ ਕੇ ਗਾਣਾ ਜਿਹਾ ਨਿਕਲੇ ਅਤੇ ਬਹੁਤ ਸੋਹਣਾ ਗਾਉਂਦੇ ਤੇ ਹਮੇਸ਼ਾ ਹੀ ਸੋਹਣਾ ਵਾ ਅਤੇ ਮੈਨੂੰ ਬਹੁਤ ਪਿਆਰਾ ਸੌਂਗ ਲੱਗਾ। ਅਤੇ ਉਹ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੈਨੂੰ ਕਿਹਾ ਰਿਐਕਸ਼ਨ ਦੇਣ ਨੂੰ, ਇੱਦਾਂ ਹੀ ਤੁਸੀਂ ਪਿਆਰ ਦਿੰਦੇ ਰਹੋ, ਮੈਨੂੰ ਦੱਸਦੇ ਰਹੋ ਆਪਾਂ ਕਿਹੜੇ ਸੌਂਗ 'ਤੇ ਰਿਐਕਸ਼ਨ ਦਈਏ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਆਪਣਾ ਪਿਆਰ ਜ਼ਰੂਰ ਕਿਹਾ ਕਰੋ, ਵਟਸਐਪ ਦੇ ਗਰੁੱਪਾਂ ਵਿੱਚ ਸ਼ੇਅਰ ਕਰ ਦਿਆ ਕਰੋ ਜੇ ਹੋ ਸਕੇ ਅਤੇ, ਕਿਉਂਕਿ ਤੁਸੀਂ ਪਿਆਰ ਦਿਓਗੇ ਅਤੇ ਸਾਨੂੰ ਵੀ ਖੁਸ਼ੀ ਹੋਊਗੀ। ਅਤੇ ਜੇ ਤੁਹਾਨੂੰ ਮੇਰਾ ਰਿਐਕਸ਼ਨ ਵਧੀਆ ਲੱਗਦਾ ਤਾਂ ਕਮੈਂਟ ਜ਼ਰੂਰ ਕਰਿਆ ਕਰੋ, ਹੁਣ ਆਪਾਂ ਹਰ ਸੋਮਵਾਰ ਕਮੈਂਟ ਪੜਿਆ ਕਰਨੇ, ਜਿਹੜੇ ਵਧੀਆ ਕਮੈਂਟ ਲੱਗਣਗੇ, ਇਹ ਨਹੀਂ ਕਿ ਮੈਂ ਵਧੀਆ ਹੀ ਪੜੂੰਗਾ, ਜੇ ਕਿਸੇ ਬੈਡ ਕਮੈਂਟ ਕੀਤਾ ਉਹ ਵੀ ਜ਼ਰੂਰ ਪੜੂੰਗਾ, ਉਹ ਵੀਰ ਦਾ ਧੰਨਵਾਦ ਕਰੂੰਗਾ, ਕਿਉਂਕਿ ਉਹ ਵੀ ਵੀਰ ਕੁਝ ਆਪਾਂ ਨੂੰ ਸਹੀ ਕਰਾਉਣ ਲਈ ਦੱਸਦੇ ਨੇ। ਅਤੇ ਤੁਸੀਂ ਜ਼ਰੂਰ ਕਮੈਂਟ ਕਰਿਆ ਕਰੋ, ਆਪਣੇ ਵਧੀਆ ਵਧੀਆ ਕਮੈਂਟ ਪਿਆਰੇ ਪਿਆਰੇ ਜਿੱਦਾਂ ਦੀ ਮਰਜ਼ੀ ਕਰ ਲਿਆ ਕਰੋ, ਆਪਣੇ ਹਿਸਾਬ ਨਾਲ ਤੁਸੀਂ ਵਧੀਆ ਕਰਿਆ ਕਰਨੇ ਆ ਅਤੇ ਤੁਸੀਂ ਜ਼ਰੂਰ ਦੱਸਿਆ ਕਰੋ। ਜੇ ਤੁਸੀਂ ਹੋਰ ਕਿਸੇ ਸੌਂਗ 'ਤੇ ਮੇਰਾ ਰਿਐਕਸ਼ਨ ਚਾਹੁੰਦੇ ਹੋ ਜੇ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਜੋ। ਮੇਰੀ ਮਾਵਾਂ ਖੁਸ਼ ਰਹਿਣ, ਹੱਸਦੀਆਂ ਵੱਸਦੀਆਂ ਰਹਿਣ ਅਤੇ ਤੁਸੀਂ ਵੀ ਉਹਨਾਂ ਨੂੰ ਪਿਆਰ ਕਰਦੇ ਰਹੋ, ਆਪਣੀਆਂ ਮਾਵਾਂ ਨੂੰ ਖੁਸ਼ ਰੱਖੋ, ਸਾਰੇ ਮਾਂ ਪਿਓ ਦਾ ਸਤਿਕਾਰ ਕਰਿਆ ਕਰੋ, ਮੈਂ ਇਹੀ ਗੱਲ ਕਹੂੰਗਾ। ਅਤੇ ਆਪਾਂ ਮਿਲਾਂਗੇ ਜਲਦ ਹੀ ਕੋਈ ਹੋਰ ਇੱਕ ਵਧੀਆ ਜਿਹੀ ਵੀਡੀਓ ਲੈ ਕੇ, ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਨਮਸਤੇ, ਬਾਏ ਬਾਏ।